अस्सलाम वालेकुम वरहमतुल्लाह। वालेकुम सलाम वरहमतुल्लाह वरकातुह। की हाल है मियां जी? बिल्कुल जनाब। मियां जी तुसी अपना एक बारी फुल नाम दस्या की है तुहाडा? मेरा नाम जी मियां मोहम्मद ताशफीन है जी। जी अच्छा मियां जी, किन्ना कोई अरसा हो गया तुसी ए क्लब ज्वाइन कीता? मैनूं 14-15 साल हो गए। 14-15 साल हो गए ने। माशाल्लाह तकरीबन साडा क्लब जेड़ा ओ 20 साल तू बिल्कुल 20 साल तू ज्यादा ही है। ज्यादा ही अरसा हो गया ना। अच्छा तुसी मैनूं ए दसो के तुसी फिलहाल हुण दी घड़ी हुण की सीखिया साडे क्लब तो? मैं इस क्लब तो डिसिप्लिन सीखिया सर जी। जी अपने स्पोर्ट्समैन स्पिरिट सीखिया जी। जी मैं सीखिया कि जेड़ा बंदा भी गेम करदा है ओदी सेहत ठीक रहंदी है, ओदे बाकी मामला सारे ठीक रहंदे ने। बिल्कुल ये तो होगा। अच्छा बस तो हो गया। अच्छा मैनूं ए वी दस्सो कि तुसी अपने जेड़े साडे कैप्टन साहब ने उन्हां दे की मतलब कहना चाहुंदे हो थोड़ा जिहा? कैप्टन साहब साडे बहुत अच्छे इंसान ने जी, बड़े पोलाइट ने। अगर कोई जूनियर कोई मिस्टेक करदा तो उन्हें बड़े नरम लहजे नाल समझांदे ने जी। बड़े ਉਂਝ ਜਿਹੜੇ ਨੇ ਉਹ ਬੜੇ ਗੱਪ ਸ਼ੱਪ ਵੀ ਸਾਡੇ ਨਾਲ ਲਾਉਂਦੇ ਨੇ, ਸਾਰੇ ਹਰ ਕਿਸਮ ਦਾ ਮੌਕਾ ਵੀ ਦਿੰਦੇ ਨੇ। ਉਹਨਾਂ ਨੂੰ ਅਪਰੋਚ ਵੀ ਉਹਨਾਂ ਦੀ ਅੱਛੀ ਹੈ, ਉਹਨਾਂ ਦੀ ਆਪਣੀ ਗੇਮ ਵੀ ਬਹੁਤ ਅੱਛੀ ਹੈ, ਲੇਕਿਨ ਇੱਕ ਉਹ ਆਪਣੀ ਸਾਰੇ ਟੀਮ ਮੈਂਬਰਸ ਨੂੰ ਨਾਲ ਲੈ ਕੇ ਚੱਲਦੇ ਨੇ। ਬਹੁਤ ਅੱਛਾ ਇਨਸਾਨ ਨੇ ਵੈਸੇ, ਓਵਰਆਲ ਬਹੁਤ ਅੱਛੀ ਇਨਸਾਨ ਨੇ। ਬਿਲਕੁਲ ਅੱਛੀ ਗੱਲ ਹੈ ਕਿ ਟੀਮ ਨੂੰ ਲੈ ਕੇ ਚੱਲਣਾ ਚਾਹੀਦਾ, ਕਿਉਂਕਿ ਤੁਸੀਂ ਸਾਡੇ ਇੱਕ ਸੀਨੀਅਰ ਪਲੇਅਰ, 15-16 ਸਾਲ ਹੋ ਗਏ ਨੇ ਤੁਸੀਂ ਖੇਡਦੇ ਪਏ ਹੋ। ਅੱਛਾ ਮੀਆਂ ਜੀ ਲਾਸਟ ਕੁਐਸਚਨ ਹੈ ਇਹ ਕਿ ਮੈਨੂੰ ਇਹ ਦੱਸ ਦਿਓ ਕਿ ਤੁਹਾਡਾ ਨਾ ਫੇਵਰੇਟ ਖਿਲਾੜੀ ਕਿਹੜਾ ਹੈ? ਮੇਰਾ ਜੀ ਫੇਵਰੇਟ ਪਲੇਅਰ ਹੈ ਹੁਣ ਲਿਵਰਪੂਲ ਦਾ ਡਿਫੈਂਡਰ ਹੈ, ਉਹ ਹਾਲੈਂਡ ਦਾ ਵੈਨ ਡਾਇਕ ਡਿਫੈਂਡਰ ਹੈ ਜੀ, ਉਹ ਮੇਰਾ ਫੇਵਰੇਟ। ਬਿਲਕੁਲ ਥੈਂਕ ਯੂ ਸੋ ਮਚ, ਸ਼ੁਕਰੀਆ। ਬਹੁਤ ਸ਼ੁਕਰੀਆ, ਤੁਹਾਡੀ ਬਹੁਤ ਮੁਹੱਬਤ ਹੈ, ਬਹੁਤ ਅੱਛਾ ਲੱਗਿਆ। ਥੈਂਕ ਯੂ ਯਾਰ, ਤੁਹਾਡੇ ਲੋਕਾਂ ਨਾਲ ਤੁਹਾਡੀ ਮੁਹੱਬਤ ਹੈ। ਅਸਲਾਮ ਵਾਲੇਕੁਮ ਵਰਹਿਮਤੁਲਾ, ਕੀ ਹਾਲ ਹੈ? ਅੱਛਾ ਸਰ ਪਹਿਲਾਂ ਕਿ ਯਾਰ ਤੇਰਾ ਨਾਂ ਕੀ ਹੈ? ਫੁਰਕਾਨ। ਫੁਰਕਾਨ ਤੂੰ ਮੈਨੂੰ ਨਾ ਕੁਝ ਸਵਾਲਾਂ ਦੇ ਨਾ ਜਵਾਬ ਦੇਣੇ ਨੇ SMFC ਦੇ ਮਤਲਬ, ਠੀਕ ਹੈ? ਅਤੇ ਫਿਰ ਇਨਸ਼ਾਅੱਲਾ ਤੁਹਾਡੀ ਗੇਮ ਵੀ ਸ਼ੁਰੂ ਹੋਣੇ ਵਾਲੀ ਹੈ, ਬਸ 2 ਮਿੰਟ ਹੀ ਤੁਹਾਡਾ ਟਾਈਮ ਮੈਂ ਲਵਾਂਦਾ। ਅੱਛਾ ਮੈਨੂੰ ਇਹ ਦੱਸੋ ਕਿ ਕਿੰਨਾ ਕੋਈ ਅਰਸਾ ਹੋ ਗਿਆ ਕਲੱਬ ਜੁਆਇਨ ਕੀਤੇ ਆ? 2013 ਜਾਂ 2014, ਠੀਕ, ਲੇਕਿਨ ਇਹਨਾਂ 6 ਸਾਲਾਂ ਵਿੱਚ ਔਨ ਐਂਡ ਆਫ ਰਿਹਾ, ਕਿਉਂਕਿ ਮੈਂ ਪਿੰਡ ਵਿੱਚ ਨਹੀਂ ਰਿਹਾ। ਸਹੀ। ਲੋਕਡਾਊਨ ਦੇ ਦਿਨ ਜਿਹੜੇ ਇਹਨਾਂ ਵਿੱਚ ਆ ਵੇ ਕਿ ਮੁਸਲਸਲ 3 ਮਹੀਨੇ ਜਾਂ 4 ਮਹੀਨੇ ਤੋਂ ਠੀਕ ਹੋ ਗਿਆ। ਬਿਹਤਰੀਨ। ਅੱਛਾ ਮੈਨੂੰ ਇਹ ਤੁਸੀਂ ਦੱਸੋ, ਜਿਹੜੇ ਤੁਸੀਂ 2 ਜਾਂ 3 ਮਹੀਨੇ ਜਿਹੜੇ ਖੇਡੇ ਹੋ, ਠੀਕ ਹੈ, ਤੁਸੀਂ ਇਹ ਕਲੱਬ ਵਿੱਚੋਂ ਕੀ ਸਿੱਖਿਆ ਜ਼ਿਆਦਾਤਰ? ਸਭ ਨੂੰ ਜਿਹੜੀ ਇਹ ਮੈਨੂੰ ਤਾਂ ਲੱਗਦਾ ਉਹ ਮੈਨੇਜਮੈਂਟ ਹੈ ਕਿ ਕਿਸ ਤਰ੍ਹਾਂ ਤੁਸੀਂ ਮੈਨੇਜ ਕਰਨਾ ਹੁੰਦਾ ਹੈ। ਇਸ ਤੋਂ ਇਲਾਵਾ ਇੱਥੇ ਖੇਡ ਕੇ ਲੀਡਰਸ਼ਿਪ ਕੁਆਲਿਟੀ ਆਈ ਹੈ ਅਤੇ ਡਿਸਿਪਲਿਨ ਆਉਂਦਾ ਵੇ। ਸਹੀ। ਇੱਕ ਟੀਮ ਵਰਕ ਕਿਸ ਤਰ੍ਹਾਂ ਆਉਂਦਾ। ਸਹੀ। ਅੱਛਾ ਮੈਨੂੰ ਇਹ ਦੱਸੋ ਕਿ ਕੈਪਟਨ ਯਾਸਫ ਨਈਮ, ਉਹਨਾਂ ਦੇ ਮਤਲਬ ਕਿ ਤੁਹਾਡੇ ਤਾਸਰਾਤ ਕੀ ਨੇ ਕਿ ਉਹ ਕੈਸੇ ਇਨਸਾਨ ਨੇ ਕਲੱਬ ਦੇ ਮਤਲਬ? ਟੀਟੋ ਪਾਰਟੀ ਨਹੀਂ ਲਾਣੀ ਆ ਮੈਂ ਲਿਆਜ਼ ਨਾਲ, ਉਹ ਬੈਕਬੋਨ ਨੇ ਸਾਡੇ ਰੀੜ ਦੀ ਹੱਡੀ ਨੇ। ਉਹਨਾਂ ਦੇ ਬਗੈਰ ਲੜਕਿਆਂ ਵਿੱਚ ਉਹ ਕੌਨਫੀਡੈਂਸ ਨਹੀਂ ਹੁੰਦਾ, ਕਲੱਬ ਦਾ ਵਰਕ ਕਰਨਾ ਮੁਸ਼ਕਿਲ ਲੱਗਦਾ। ਸਹੀ। ਮਾਸ਼ਾਅੱਲਾ ਬੜੀ ਅੱਛੀ ਤੁਸੀਂ ਗੱਲ ਕੀਤੀ ਹੈ। ਅੱਛਾ ਮੈਨੂੰ ਹੁਣ ਤੁਹਾਡੇ ਕੋਲ ਲਾਸਟ ਹੀ ਕੁਐਸਚਨ ਮੈਂ ਪੁੱਛਾਂ ਦਾ ਕਿ ਤੁਹਾਡਾ ਓਵਰਆਲ ਵਰਲਡ ਮਤਲਬ ਕਿ ਬੈਸਟ ਪਲੇਅਰ ਤੁਹਾਡਾ ਕਿਹੜਾ ਵਾ? ਵੈਸੇ ਸਾਰਿਆਂ ਨੂੰ ਪਤਾ ਕਿ ਫੁੱਟਬਾਲ ਵਿੱਚ 2 ਹੀ ਵੱਡੇ ਨਾਮ ਨੇ, ਲੇਕਿਨ ਮੇਰੇ ਵਾਸਤੇ ਫੇਵਰੇਟ ਪਲੇਅਰ ਤਾਂ ਮੈਸੀ ਹੈ। ਬਿਲਕੁਲ, ਮੈਂ ਉਹਦਾ ਬਹੁਤ ਵੱਡਾ ਫੈਨ ਹਾਂ, ਲੇਕਿਨ ਜਿਸ ਪੋਜੀਸ਼ਨ 'ਤੇ ਮੈਂ ਖੇਡਦਾ ਵਾਂ ਜੀ, ਉਹਦੇ ਹਵਾਲੇ ਨਾਲ ਮੈਨੂੰ ਚਾਵੀ, ਇਨੀਐਸਟਾ ਤੇ ਕੈਵਨ ਡੀ ਬਰੋਇਨ ਇਹ 3 ਪਲੇਅਰ ਅੱਛੇ ਲੱਗਦੇ। ਔਰ ਵਕਤ ਬਦਲਦੀ ਹੈ, ਜਜ਼ਬਾਤ ਬਦਲਦੀ ਹੈ। ਨਹੀਂ ਇਹ ਮਜ਼ਾਕ ਹੋ ਰਿਹਾ, 1 ਸੈਕਿੰਡ ਯਾਰ। ਸੋ ਮੱਚ, ਜ਼ਰਾ ਮੁੱਕਾ ਲਓ। ਹਾਂ ਸ਼ੁਕਰੀਆ। ਲਓ ਜੀ ਅਗਲੇ ਜਿਹੜੇ ਨੇ ਨਾ SMFC ਦੇ ਅੱਛੇ ਤੇ ਬੈਸਟ ਕੀਪਰ, ਉਹ ਸਾਡੇ ਨਜ਼ਦੀਕ ਨੇ, ਆਓ ਉਹਨਾਂ ਕੋਲ ਥੋੜ੍ਹਾ ਜਿਹਾ ਇੰਟਰਵਿਊ ਲੈਂਦੇ ਹਾਂ ਜੀ। ਅਸਲਾਮ ਵਾਲੇਕੁਮ ਰਹਿਮਤੁਲਾ। ਸਲਾਮ ਨਿਸ਼ਾਨ ਬਾਈ, ਕੀ ਹਾਲ ਹੈ? ਅਲਹਮਦੁਲਿਲਾਹ, ਤੁਸੀਂ ਸੁਣਾਓ ਤੁਹਾਡਾ ਕੀ ਹਾਲ ਹੈ? ਠੀਕ ਠਾਕ। ਅੱਛਾ ਸਰ ਪਹਿਲਾਂ ਤੁਸੀਂ ਨਾ ਆਪਣਾ ਫੁੱਲ ਨੇਮ ਦੱਸੋ ਜੀ। ਮੇਰਾ ਫੁੱਲ ਨੇਮ ਹਸਨ ਰਜ਼ਾ। ਹਸਨ ਰਜ਼ਾ, ਮਾਸ਼ਾਅੱਲਾ। ਅੱਛਾ ਹਸਨ ਰਜ਼ਾ, ਮੈਂ ਤੁਹਾਡੇ ਕੋਲ ਨਾ ਕੁਝ ਸਵਾਲ ਪੁੱਛਾਂ ਦਾ ਫੁੱਟਬਾਲ ਦੇ ਮਤਲਬ ਅਤੇ ਨਾਲੇ SMFC ਦੇ ਮਤਲਬ। ਸਰ ਪਹਿਲਾਂ ਮੈਨੂੰ ਇਹ ਦੱਸੋ ਕਿੰਨਾ ਕੋਈ ਅਰਸਾ ਹੋ ਗਿਆ SMFC ਦੇ ਵਿੱਚ ਨਾ ਖੇਡਦੇ ਹਾਂ ਜੀ? ਮੈਨੂੰ 5 ਸਾਲ ਹੋ ਗਏ। 5 ਸਾਲ? 5 ਸਾਲ ਗੋਲਕੀਪਰ ਹੀ ਰਹੇ ਹੋ ਜੀ? ਓ ਮਾਸ਼ਾਅੱਲਾ, ਬੈਸਟ ਹੋ ਗਿਆ। ਅੱਛਾ ਤੁਸੀਂ 5 ਸਾਲਾਂ ਵਿੱਚ ਇਹ ਕੀ ਸਿੱਖਿਆ ਕਲੱਬ ਕੋਲੋਂ ਜ਼ਿਆਦਾਤਰ? ਕਲੱਬ ਕੋਲੋਂ ਭਾਈਜਾਨ ਨੇ ਸਿੱਖਿਆ ਕਿ ਇਸ ਵਕਤ ਜਿਹੜੀ ਨੌਜਵਾਨ ਨਸਲ ਹੈ ਜੀ, ਉਹ ਬਹੁਤ ਜ਼ਿਆਦਾ ਤੱਕ ਜਿਹੜਾ ਨਾ ਬੁਰਿਆਂ ਕੰਮਾਂ ਵਿੱਚ ਹੈ ਜੀ, ਲੇਕਿਨ ਅਲਹਮਦੁਲਿਲਾ ਜਿਹੜੀ ਆ ਫੁੱਟਬਾਲ ਹੈ ਨਾ ਜੀ, ਇਹ ਬਹੁਤ ਸਾਰੇ ਕੰਮਾਂ ਤੋਂ ਸਾਨੂੰ ਰੋਕਦੀ ਹੈ, ਕਿਉਂਕਿ ਸਾਡਾ ਜਿਹੜਾ ਮਿਸ਼ਨ ਹੈ ਉਹ ਹੀ ਹੈ ਕਿ ਮਨਸ਼ਾਤ ਔਰ। ਠੀਕ ਹੈ। ਅੱਛਾ ਅਗਲਾ ਜਿਹੜਾ ਮੇਰਾ ਕੁਐਸਚਨ ਹੈ,
ਤੇ ਮੈਨੂੰ ਜ਼ਰਾ ਮੀਆਂ ਜ਼ਰਕ ਸਾਹਿਬ ਨੇ ਵੀ ਦੱਸਿਆ ਕਿ ਮਾਸ਼ਾਅੱਲਾ ਜਿਹੜੇ ਤੁਸੀਂ 2020 ਵਿੱਚ ਜਿਹੜੇ ਦੋ ਟੂਰਨਾਮੈਂਟ ਜਿੱਤੇ ਨੇ ਉਹਦੇ ਵਿੱਚ ਜ਼ਿਆਦਾਤਰ ਤੁਹਾਡਾ ਕਿਰਦਾਰ ਅਹਿਮ ਰਿਹਾ ਗੋਲਕੀਪਰ ਦਾ ਲਿਹਾਜ਼ ਨਾਲ ਮੈਂ ਤੁਹਾਨੂੰ ਉਹਦੀ ਮੁਬਾਰਕਬਾਦ ਪੇਸ਼ ਕਰਨਾ ਮਾਸ਼ਾਅੱਲਾ ਬਹੁਤ ਅੱਛਾ ਤੁਹਾਨੂੰ ਉਹਦੇ ਵਿੱਚ ਥੋੜ੍ਹੀ ਮਿਸਟੇਕ ਕੋਈ ਕੋਈ ਨਜ਼ਰ ਆਈ ਜ਼ਿਆਦਾਤਰ ਲੜਕਿਆਂ ਦੀ ਜਾਂ ਆਪਣੀ ਜਾਂ ਫਿਰ ਕੋਈ ਹੋਰ ਮਿਸਟੇਕ ਨਜ਼ਰ ਆਉਂਦੀ ਹੈ ਲੇਕਿਨ ਉਸ ਵਕਤ ਆਪਣੇ ਅਰਜ ਇੱਦਾਂ ਹੁੰਦਾ ਹੈ ਬਿਲਕੁਲ ਆਪਣੇ ਪਿੰਡ ਦੇ ਆਪਣੇ ਕਲੱਬ ਦੇ ਅਰਜ ਇੱਦਾਂ ਹੁੰਦਾ ਤੇ ਉਸ ਵਕਤ ਆਪਣੀ ਜਾਨ ਮਾਰ ਕੇ ਖੇਡਣਾ ਅੱਛਾ ਅੱਛਾ ਮੈਨੂੰ ਇਹ ਤੁਸੀਂ ਦੱਸੋ ਕਿ ਤੁਹਾਡਾ ਸਾਰਾ ਤੋਂ ਅੱਛਾ ਜਿਹੜਾ ਨਾ ਉਹ ਪਲੇਅਰ ਕੌਣ ਹੈ ਜੀ ਤਕਰੀਬਨ ਤੁਹਾਨੂੰ ਹੋਰੇ ਯਾਦ ਹੋਵੇ ਕਿ ਨਹੀਂ ਸਪੇਨ ਦਾ ਇੱਕ ਜਦੋਂ ਉਹਨੇ ਵਰਲਡ ਕੱਪ ਆਪਣਾ ਜਿੱਤਿਆ ਉਦੋਂ ਉਹਨਾਂ ਦਾ ਕਪਤਾਨ ਸੀ ਗੋਲਕੀਪਰ ਕੈਸੀਲਾਸ ਬਿਲਕੁਲ ਫੇਵਰੇਟ ਚਲੋ ਜੀ ਸ਼ੁਕਰੀਆ ਥੈਂਕ ਯੂ ਸੋ ਮਚ ਜ਼ਰਾ ਮੌਕਾ ਲਾਇਓ ਮੌਕਾ ਲਾਇਓ ਆਓ ਜੀ ਅਗਲੇ ਜਿਹੜੇ ਸਾਡੇ ਜਿਹੜੇ ਖਿਲਾੜੀ ਨੇ ਉਹ ਦੋਵੇਂ ਭਾਈ ਨੇ ਇੱਕ ਡਿਫੈਂਸ ਕਰਦਾ ਅਤੇ ਇੱਕ ਜਿਹੜਾ ਨਾ ਉਹ ਮਿਡ ਪਲੇਅਰ ਹੈ ਅਤੇ ਇਨਸ਼ਾਅੱਲਾ ਤੁਹਾਨੂੰ ਬਹੁਤ ਮਜ਼ਾ ਆਵੇਗਾ ਜੇ ਇਹ ਦੋਵੇਂ ਭਾਈ ਨੇ SMFC ਦੇ ਬਹੁਤ ਹੀ ਅੱਛੇ ਪਲੇਅਰ ਨੇ ਅਤੇ ਅੱਲਾ ਪਾਕ ਇਹਨਾਂ ਨੂੰ ਖੁਸ਼ ਰੱਖੇ ਮੇਰੀ ਦੇ ਆਈ ਦੁਆ ਹੈ ਅੱਛਾ ਅਸਲਾਮ ਅਲੈਕਮ ਅੱਛਾ ਤੁਹਾਡਾ ਨਾਂ ਕੀ ਹੈ ਦੋਵਾਂ ਦਾ ਮੇਰਾ ਨਾਂ ਹੁਬੈਬ ਹੈ ਜੀ ਸੁਬਾਨ ਠੀਕ ਹੈ ਮਾਸ਼ਾਅੱਲਾ ਮਤਲਬ ਦੋਵੇਂ ਭਾਈ ਹੋ ਸਕੇ ਹੈਂ ਕੋਈ ਡਾਊਟ ਨਹੀਂ ਹੈ ਇਹਦੇ ਵਿੱਚ ਅੱਛਾ ਮੈਨੂੰ ਇਹ ਤੁਸੀਂ ਦੱਸੋ ਪਹਿਲਾਂ ਕਿ ਤੁਸੀਂ ਇਹ ਕਲੱਬ ਕਿਸ ਦਿਨ ਦਾ ਜੁਆਇਨ ਕੀਤੇ ਆ ਮਤਲਬ ਕਿੰਨਾ ਕੋਈ ਅਰਸਾ ਹੋ ਗਿਆ ਤੁਹਾਨੂੰ ਇਹ ਦੋਵੇਂ ਭਰਾਵਾਂ ਨੂੰ ਖੇਡਦੇ ਆ ਮੈਂ ਜਦੋਂ ਪਹਿਲੇ ਤੇ ਮੇਰੇ ਅੱਬੂ ਖੇਡਦੇ ਸੀ ਮਾਸ਼ਾਅੱਲਾ ਉਹਨਾਂ ਨਾਲ ਹੀ ਮੈਂ 2010-12 ਤੋਂ ਬਾਅਦ ਦਾ ਆਉਂਦਾ ਸੀ ਤੇ ਫਿਰ ਮੇਰਾ ਸ਼ੌਕ ਵੱਧ ਗਿਆ ਮਤਲਬ ਕਿ 8-10 ਸਾਲ ਹੋ ਗਏ ਨੇ ਤਕਰੀਬਨ SMFC ਮਤਲਬ ਖੇਡਣਾ ਸਹੀ ਸ਼ੁਰੂ ਕੀਤਾ ਹਲੇ 2 ਸਾਲ ਲੇਕਿਨ ਤੁਸੀਂ ਉਂਝ ਆਉਂਦੇ ਪ੍ਰੋਪਰ ਜਿਹੜਾ ਤੁਸੀਂ 8-10 ਸਾਲ ਤੋਂ ਵੇਖ ਵੀ ਰਹੇ ਹੋ ਠੀਕ ਹੈ ਅਤੇ ਹੁਣ ਆ ਕਿ ਪ੍ਰੋਪਰ ਜਿਹੜਾ 2 ਸਾਲ ਹੋ ਗਏ ਨੇ ਤੁਹਾਨੂੰ ਖੇਡਦੇ ਹਾਂ ਵੀ ਮਾਸ਼ਾਅੱਲਾ ਸੁਭਾਨ ਦਾ ਅਤੇ ਮੈਨੂੰ ਪਤਾ ਲੱਗਿਆ ਨਾ ਕਿ ਉਹ ਓਪਨ ਪਲੇਅਰ ਵੀ ਜ਼ਿਆਦਾਤਰ ਜਾਂਦਾ ਅੱਛਾ ਮੈਨੂੰ ਕਿਹੜੀ ਜਗ੍ਹਾ 'ਤੇ ਖੇਡਦੇ ਹੋ ਡਿਫੈਂਸ ਹੋ ਕਿ ਮਿਡ ਹੋ ਜ਼ਰਾ ਵਿਊਵਰਾਂ ਨੂੰ ਪਤਾ ਲੱਗੇ ਕਿ ਕਿੱਥੇ ਤੁਸੀਂ ਖੇਡਦੇ ਹੋ ਮੈਂ ਮਿਡਫੀਲਡਰ ਖੇਡਣਾ ਵਾ ਜੀ ਜੀ ਅਤੇ ਫੁੱਲ ਬੈਕ ਤੇ ਵੀ ਸੁਭਾਨ ਕਿੱਥੇ ਖੇਡਦਾ ਡਿਫੈਂਸ ਹੈ ਖੇਡਦਾ ਅੱਛਾ ਮਾਸ਼ਾਅੱਲਾ ਅਤੇ ਤੁਸੀਂ ਮੈਨੂੰ ਇਹ ਦੱਸੋ ਕਿ ਯਾਰ ਤੁਹਾਨੂੰ ਇੰਨਾ ਕੋਈ ਅਰਸਾ ਹੋ ਗਿਆ ਖੇਡਦੇ ਹਾਂ ਠੀਕ ਹੈ ਤੁਸੀਂ ਸਾਡੇ ਕਲੱਬ SMFC ਵਿੱਚੋਂ ਕੀ ਸਿੱਖਿਆ ਜ਼ਿਆਦਾਤਰ ਮੈਂ ਜਦੋਂ ਆਇਆ ਸੀ ਨਾ ਇਸ ਕਲੱਬ ਵਿੱਚ ਜੀ ਜੀ ਮੈਂ ਸਿਰਫ ਡਿਫੈਂਸ ਅਤੇ ਨੈਚੁਰਲ ਗੇਮ ਹੀ ਡਿਫੈਂਸ ਸੀ ਠੀਕ ਹੈ ਇਤਨਾ ਘੁੰਮਣਾ ਹੋ ਗਿਆ ਕਿ ਹਰ ਇੱਕ ਜਗ੍ਹਾ 'ਤੇ ਖੇਡ ਸਕਦਾ ਮਾਸ਼ਾਅੱਲਾ ਬੜੀ ਅੱਛੀ ਗੱਲ ਹੈ ਅਤੇ ਤੁਸੀਂ ਮੈਂ ਜਿਸ ਦਿਨ ਆਇਆ ਸੀ ਅਤੇ ਮੈਂ ਬੜਾ ਕਨਫਿਊਜ਼ ਰਹਿੰਦਾ ਸੀ ਠੀਕ ਹੈ ਬਾਲ ਮੈਨੇਜ ਨਹੀਂ ਹੁੰਦਾ ਠੀਕ ਹੈ ਅਤੇ ਫੋਨ ਵੀ ਨਹੀਂ ਆ ਥੋੜ੍ਹੀ ਜਿਹੀ ਗੇਮ ਬਿਹਤਰ ਹੋ ਗਈ ਅੱਗੋਂ ਜ਼ਿਆਦਾ ਹੋ ਜਾਏ ਜੀ ਅੱਛਾ ਅਤੇ ਮੈਨੂੰ ਇਸ ਕਲੱਬ ਤੋਂ ਕੀ ਸਿੱਖਣ ਨੂੰ ਲੱਭਿਆ ਉਹ ਹੈ ਵੀ ਕਿ ਤੁਸੀਂ ਜੇ ਦੁਬਾਰਾ ਕੋਸ਼ਿਸ਼ ਕਰਦੇ ਹੋ ਨਾ ਜੀ ਤੇ ਇਹਦੇ ਤੋਂ ਡਰੋ ਨਾ ਕਿਉਂਕਿ ਇਸ ਵਾਰੀ ਤੁਸੀਂ ਸਕੈਚ ਤੋਂ ਨਹੀਂ ਸ਼ੁਰੂ ਕਰਨ ਲੱਗੇ ਜੀ ਜੀ ਇਸ ਵਾਰੀ ਤੁਸੀਂ ਆਪਣੇ ਤਜਰਬੇ ਤੋਂ ਸ਼ੁਰੂ ਕਰੋ ਮਾਸ਼ਾਅੱਲਾ ਬੜੀ ਅੱਛੀ ਗੱਲ ਹੈ ਆਪਕੇ ਪਾਸ ਭਾਈ ਤੇ ਅੱਛਾ ਮੇਰਾ ਆਖਰੀ ਸਵਾਲ ਹੈ ਵਾਕਰ ਯਾਰ ਤੁਹਾਡਾ ਨਾ ਦੋਵਾਂ ਦਾ ਭਰਾਵਾਂ ਦਾ ਕਿ ਫੇਵਰੇਟ ਖਿਲਾੜੀ ਕਿਹੜਾ ਵੇ ਜ਼ਰੀ ਗੱਲ ਹੈ ਮੁਤਲਿਫ ਹੋਣਾ ਤੁਸੀਂ ਮਿਡਫੀਲਡਰ ਹੋ ਤੇ ਤੁਸੀਂ ਜਿਹੜਾ ਡਿਫੈਂਸ ਹੋ ਠੀਕ ਹੈ ਜ਼ਰਾ ਕਿਹੜਾ ਜ਼ਲੈਟਨ ਜ਼ਲੈਟਨ ਅੱਛਾ ਬੜਾ ਅਜੀਬ ਨਾਂ ਹੈ ਯਾਰ ਐਨ ਲੱਗਦਾ ਜਿਵੇਂ ਜਲੇਬੀਆਂ ਵਾਲਾ ਅੱਛਾ ਠੀਕ ਹੈ ਤੇ ਤੁਹਾਡਾ ਨਾਂ ਮੇਰਾ ਤੇ ਹੋਵੇ ਸਰਜੀਓ ਰੋਮਸ ਸਰਜੀਓ ਰੋਮਸ ਠੀਕ ਹੈ ਬੜੀ ਅੱਛੀ ਗੱਲ ਹੈ ਯਾਰ ਥੈਂਕ ਯੂ ਸੋ ਮਚ ਤੁਸੀਂ ਨਾ ਸਾਨੂੰ ਇੰਟਰਵਿਊ ਦਿੱਤਾ ਸ਼ੁਕਰੀਆ ਅੱਲਾ ਪਾਕ ਤੁਹਾਨੂੰ ਖੁਸ਼ ਰੱਖੇ ਜ਼ਰਾ ਹਲਕੀ ਜੀ ਆਂਚ ਤੇ ਹੈ ਥੈਂਕ ਯੂ ਸੋ ਮਚ ਲਵ ਯੂ ਹੋ ਗਿਆ ਖੁਸ਼ੀ ਰਵੋ ਬਾਦ ਰਵੋ ਵੱਡਾ ਵੱਡਾ ਲਵ ਯੂ ਜੀ ਅਗਲੇ ਜਿਹੜੇ ਨਾ ਖਿਲਾੜੀ ਉਹਨਾਂ ਕੋਲ ਜਾ ਕੇ ਪੁੱਛਣੇ ਆ ਇਹ ਸਾਡੇ ਕੋਲੇ ਹੈ ਨੇ ਉਜ਼ਾਫਾ ਸੁਲਤਾਨ ਅਸਲਾਮ ਅਲੈਕਮ ਕੀ ਹਾਲ ਹੈ ਉਜ਼ਾਫਾ ਠੀਕ ਹੋ ਅੱਛਾ ਉਜ਼ਾਫਾ ਸਰ ਪਹਿਲਾਂ ਮੈਨੂੰ ਇਹ ਤੁਸੀਂ ਦੱਸੋ ਕਿ ਇਹ ਜਿਹੜਾ ਕਲੱਬ SMFC ਹੈ ਇਹ ਕਿਸ ਦਿਨ ਤੁਸੀਂ ਜੁਆਇਨ ਕੀਤਾ ਸੀ ਮੈਨੂੰ ਤਕਰੀਬਨ 4 ਸਾਲ ਹੋ ਗਏ 4 ਸਾਲ ਹੋ ਗਏ ਨੇ ਮਾਸ਼ਾਅੱਲਾ ਬੜੀ ਅੱਛੀ ਗੱਲ ਹੈ ਅਤੇ ਮੈਨੂੰ ਇਹ ਤੁਸੀਂ ਦੱਸੋ ਕਿ ਤੁਸੀਂ ਇਹ ਕਲੱਬ ਵਿੱਚੋਂ ਪਹਿਲੀ ਗੱਲ ਸਿੱਖਿਆ ਕੀ ਹੈ ਮੈਂ ਇਹਦੇ ਵਿੱਚੋਂ ਸਿੱਖਿਆ ਕਿ ਕਿਸ ਤਰ੍ਹਾਂ ਆਪਣੀ ਟੀਮ ਵਾਸਤੇ ਖੇਡਿਆ ਜਾਂਦਾ ਬਿਲਕੁਲ ਆਪਣੇ ਤੋਂ ਪਹਿਲਾਂ ਆਪਣੀ ਟੀਮ ਵਾਸਤੇ ਖੇਡੋ ਟੀਮ ਵਰਕ ਕਰੋ ਬਿਲਕੁਲ ਉਸ ਤੋਂ ਬਾਅਦ ਲਾਈਫ 'ਚ ਕਾਫੀ ਚੀਜ਼ਾਂ ਜਿਹੜੀ ਸਿੱਖਣੇ ਨੂੰ ਮਿਲੀਆਂ ਸਹੀ ਅੱਛਾ ਮੈਨੂੰ ਇਹ ਤੁਸੀਂ ਦੱਸੋ ਕਿ ਤੁਸੀਂ ਕਿਹੜੀ ਪੋਜੀਸ਼ਨ 'ਤੇ ਖੇਡਦੇ ਹੋ ਮੈਂ ਖੇਡਣਾ ਡਿਫੈਂਸਿਵ ਅੱਛਾ ਡਿਫੈਂਡਰ ਹੋ ਮਤਲਬ ਅੱਛੀ ਕਾਰਕਰਦਗੀ ਲੈਫਟ ਕਿ ਰਾਈਟ ਹੈ ਲੈਫਟ ਠੀਕ ਹੋ ਗਿਆ ਬੜੀ ਅੱਛੀ ਗੱਲ ਹੈ ਅੱਛਾ ਮੈਨੂੰ ਇਹ ਤੁਸੀਂ ਦੱਸੋ ਤੁਹਾਡਾ ਜਿਹੜਾ ਖਿਲਾੜੀ ਹੈ ਮੋਸਟ ਜਿਹੜਾ ਫੇਵਰੇਟ ਉਹ ਕੌਣ ਹੈ ਸਰਜੀਓ ਰੇਮਸ ਅੱਛੀ ਗੱਲ ਹੈ ਚਲੋ ਸ਼ੁਕਰੀਆ ਤੁਸੀਂ ਥੋੜ੍ਹਾ ਜਿੰਨਾ ਮੇਰੇ ਲਈ ਟਾਈਮ ਕੱਢਿਆ ਇਹ ਦਰਾ ਕੋ SOP ਦਾ ਖਿਆਲ ਰੱਖੋ ਹਾਂ ਦਰਾ ਕੋ ਸ਼ੁਕਰੀਆ ਤੁਹਾਨੂੰ
ਸਾਡੇ ਕਲੱਬ ਦਾ ਨਾਮ ਦੇ ਨਹੀਂ ਪਤਾ ਤੂੰ ਵਿੱਚ ਬੈਠਿਆ ਫ੍ਰੀ ਵਿੱਚ ਬਾਵਾ ਜੀ ਪਿਆਰ ਕਰੋ ਜੀ ਮਿਊਜ਼ਿਕ